ਪਸ਼ੂਆਂ ਕਾ ਜ਼ਿਕਰ ਪਸ਼ੂਆਂ ਦੀ ਫਿਕਰ ਪਸ਼ੂ ਪਾਲਕ ਮੰਚ ਯੂਟਿਊਬ ਚੈਨਲ ਪਰ ਅਜੈ ਮਿੰਦਰੋਲੀ ਕੀ ਤਰਫ਼ ਤਾਂ ਸਾਰੇ ਭਾਈਆਂ ਨਾਲ ਰਾਮ ਰਾਮ ਬਾਈ। ਇੱਕ ਵੀਡੀਓ ਮੈਂ ਮਨੇ ਛੋਟੀ ਹੀ ਸ਼ਾਇਰੀ ਬੋਲੀ ਸੀ ਲੱਖੇ ਭਾਈ ਪੈ ਅਗ ਬਲਾ ਪਸ਼ੂ ਪਾਲਣ ਮਗਰ ਕੋਈ ਫਾਇਦਾ ਨਹੀਂ ਜਿਸ ਨਮਿਗਣੀ ਖੇੜੇ ਮਾਗਾ ਲੱਖਾਂ ਨਹੀਂ ਦੇਖਿਆ। ਤੋ ਆਜ ਭਾਈ ਲੁਧਿਆਣਾ ਪੰਜਾਬ ਸੇ ਵੀ ਕਸਟਮਰ ਆ ਰਹੇ ਹੈ ਭਾਈ ਕੇ ਪਾਸ ਮੈਂ, ਕਾਨਪੁਰ ਸੇ ਉੱਤਰ ਪ੍ਰਦੇਸ਼ ਸੇ ਵੀ ਆ ਰਹੇ ਹੈ। ਤੋ ਲਗਾਤਾਰ ਕੰਮ ਜੋ ਹੈ ਭਾਈ ਕਾ ਅਦਰ ਸਟੇਟਾਂ ਮੈਂ ਅੱਛਾ ਚੱਲ ਰਿਹਾ ਹੈ। ਉਹ ਕਿਉਂ ਚੱਲ ਰਿਹਾ ਭਾਈ ਕੇ ਰੇਟ ਠੀਕ ਰਹੋ ਹੈ, ਰੇਟ ਕਿਸ ਤਰੀਕੇ ਕੇ ਰਹੋਗੇ ਵੀਡੀਓ ਮੈਂ ਆਪਣੇ ਦਿਖਾ ਦੇਂਗੇ, ਕਿਉਂਕਿ ਹਰ ਵਾਰ ਐਸਾ ਹੁੰਦਾ ਭਾਈ ਕੁਛ ਨਵੇਂ ਭਾਈ ਵੀ ਦੇਖੇ ਹੈ ਵੀਡੀਓ ਨੇ ਤਾਂ ਉਹਨਾਂ ਕੋ ਪਤਾ ਚੱਲ ਜਾਏ ਭਾਈ ਇਸ ਰੇਟ ਕੇ ਇਸ ਰੇਂਜ ਕੇ ਪਸ਼ੂ ਯਹਾਂ ਪੇ ਮਿਲਤੇ ਹੈ। ਤੋ ਬਾਰ ਬਾਰ ਸਵਾਗਤ ਹੈ ਲੱਖੇ ਭਾਈ ਕਾ ਪਸ਼ੂ ਪਾਲਕ ਮੰਚ ਯੂਟਿਊਬ ਚੈਨਲ ਪੇ। ਲੱਖੇ ਭਾਈ ਰਾਮ ਰਾਮ। ਰਾਮ ਰਾਮ ਸਾਰੇ ਭਾਈ ਰਾਮ ਰਾਮ। ਜੈ ਸ਼੍ਰੀ ਮਹਾਕਾਲ। ਜੈ ਸ਼੍ਰੀ ਮਹਾਕਾਲ। ਸਾਹਮਣੇ ਵੀ ਲੱਗ ਰਿਹਾ ਭਈਆ, ਉਹ ਕਹਿੰਦੀ ਆਇਆ ਕਿ ਕੰਮ ਕਾ ਪੂਰਾ ਜ਼ੋਰ ਹੋ ਰਿਹਾ ਬਈ। ਵਧੀਆ ਚੱਲ ਰਿਹਾ ਬਈ। ਦੇਖੋ ਭਾਈ ਯਹਾਂ ਪੇ ਆਪਣਾ ਕਾਨਪੁਰ ਸੇ ਵੀ ਆਏ ਹੈ, ਪੰਜਾਬ ਸੇ ਵੀ ਪਹੁੰਚੇ ਹੈ ਭਾਈ ਕੇ ਪਾਸ ਮੈਂ। ਯਾ ਇੱਕ ਹੈ ਨਾ ਯੋ ਰਾਜਾ ਭਾਈ ਆਪਣੇ। ਅੱਛਾ ਜੀ, ਰਾਜਾ ਭਾਈ ਸਾਹਿਬ ਵੀ ਹਮਾਰੇ ਵਿੱਚ ਮੈਂ ਪਹੁੰਚੇ। ਇੱਕ ਆਪਣਾ ਭਾਈ ਟੋਨੀ ਹੈ ਰਾਜਾ ਭਾਈ ਦਾ, ਉਹ ਕੈਨੇਡਾ ਰਵੇ। ਵੇ ਕੈਨੇਡਾ ਮਰਵੇ। ਹਾਂ ਵਾਹ ਜੀ ਵਾਹ। ਦੇਖਿਆ ਯਾ ਚੀਜ਼ ਤੋਂ ਹੈ ਭਈਆ, ਮੈਂ ਕਹਿਣਾ ਚਾਹੂੰਗਾ ਇੱਕ ਆਪਣੀ ਜੋ ਦੇਸ਼ ਕੀ ਮਿੱਟੀ ਕੀ ਖੁਸ਼ਬੂ ਹੈ ਨਾ, ਇਹ ਆਦਮੀ ਧਰਤੀ ਕੇ ਕੋਈ ਸੇ ਕੋਨੇ ਪਚ ਲਿਆ ਜਾ, ਉਸ ਨਾ ਯਹਾਂ ਸੇ ਲਗਾਓ ਹਮੇਸ਼ਾ ਰਹੇਗਾ, ਉਹ ਲਗਾਓ ਛੁੱਟੇਗਾ ਨਹੀਂ। ਗਲਤ ਕਹਿ ਰਹੇ ਹੋ ਨਾ, ਸਹੀ ਬਾਤ। ਤਾਂ ਫਿਰ ਅੱਜ ਕੀ ਵੀਡੀਓ ਮੈਂ ਕਿਆ ਪਸ਼ੂ ਦਿਖਾਓਗੇ? ਅੱਜ ਕੀ ਵੀਡੀਓ ਮੈਂ ਕਾਨਪੁਰ ਤੋਂ ਜਾਊਗੀ ਅੱਜ ਭਾਈ ਪਾਂਚ। ਅੱਛਾ ਹਾਂ, ਔਰ ਬਾਕੀ ਵਿਕਰੀ ਗਏ ਸੱਤ ਅੱਠ। ਸੱਤ ਅੱਠ ਸੇਲ ਵਾਲੀ ਵੀ ਹੈ ਭਾਈ, ਨਹੀਂ ਉਹਨੇ ਕਦ ਸਾਰੀ ਗੱਡੀ ਮੈਂ ਵਰਦੀ ਆਜ ਸੇਲ ਖਾਤਰ ਹੈ ਅੱਠ ਪਸ਼ੂ, ਕੋਈ ਭਾਈ ਲੋਕਲ ਮੈਂ ਵੀ ਖਰੀਦ ਕੇ ਲੈ ਕੇ ਜਾਣਾ ਚਾਹੇ ਤਾਂ ਉਹਨ ਖਾਤਰ ਵੀ ਦਿਖਾਵਾਂਗੇ। ਤਾਂ ਪਹਿਲੇ ਕਾਨਪੁਰ ਵਾਲੀ ਆਣ ਦਿਓ ਭਾਈ ਜੀ, ਦਸ ਲੀਟਰ ਦੂਧ ਹੈ। ਕਿ ਕਿਲੋ ਦੁੱਧ ਕੀ ਹੈ ਭਾਈਆ? ਦੇ ਦੇ 12 ਕਿਲੋ। 12 ਕਿਲੋ ਫਿਰ ਕਹਿ ਰੁਪਿਆ ਕੀ ਦੇ ਦਿਆ? ਯਾ ਜੇ ਭਾਈ ਦਿਵਾਈ ਆਪਾਂ 98,000 ਕੀ। 98,000 ਰੁਪਏ ਕੀ? ਯਾ 98,000 ਕੀ ਸੇਲ ਕਰਦੀ ਭਾਈ, ਕੌਣ ਸੀ ਜਗ੍ਹਾ ਜਾ ਗਿਆ? ਯਾ ਕਾਨਪੁਰ ਜਾਊਗੀ। ਕਾਨਪੁਰ ਮੈਂ ਜਾਏਗੀ ਭਾਈ, ਫਸਟ ਟਾਈਮਰ ਦੋ ਦਾਂ ਝੋਟੀ 10 ਲੀਟਰ ਦੁੱਧ ਤਿਆਰ। ਔਰ ਕਾਪ ਕਿਆ ਨੀਚੇ? ਨੀਚੇ ਕੱਟੀ। ਨੀਚੇ ਕੱਟੀ ਹੈ, ਉਹ ਰਾਈਟ ਕਾਪ ਦੀ ਹੈਗਾ ਦੀ ਦੇਖਿਆ ਪਿਆ ਕੇ ਭਾਈ? ਮੈਂ ਤਾਂ ਪੈ ਦਿਆ ਉਹ ਸਾਰਾ ਹੀ। ਸਾਰਾ ਹੀ ਪੈ ਦਿਆ? ਫਿਰ ਲੱਗ ਗਿਆ ਕਿ ਮੈਂ ਸਰੂਗਾ? ਉਹ ਕੱਟਾ ਥੋੜਾ ਹੋ ਰਿਹਾ ਦਿੱਕਤ, ਮੈਂ ਉਸਨੇ ਦੀ ਆਜ। ਅੱਛਾ, ਕਿ ਸਵੇਰੇ ਮੇਰਾ ਪਟਾ ਰਿਜ਼ਲਟ ਕਿਆ ਵਾ? ਇੱਕ ਰਾਤ ਰਾਤ ਮੈਂ ਮੇਰਾ ਲੱਗ ਜਾ। ਹੋਰ ਸਵੇਰੇ ਪਿਆ, ਸ਼ਾਮ ਨੇ ਪੈ ਦੀ ਆਈ ਵੇ। ਇਤਨਾ ਤਗੜਾ ਵੀ ਨਾ ਹੁੰਦਾ ਨਾ, ਰਿਜ਼ਲਟ ਵਧੀਆ ਉਸਦਾ। ਅੱਛਾ ਅੱਛਾ, ਤੋ ਭਾਈ ਨੂੰ ਕਹਿ ਵਧੀਆ ਰਿਜ਼ਲਟ ਲੱਗ ਗਿਆ, ਮੈਂ ਪਹਿਲਾਂ ਪੈ ਕੇ ਦੇਖਿਆ ਤਾਂ ਅਰੀ ਫਿਰ ਦਿੱਕਤ ਹੋ ਰਹੀ, ਕੱਟ ਡੇਗਾ ਵੀ ਪੈ ਦੇਖਿਆ। ਚੂੰਗਾ ਕੌਣ ਥਾ ਉਹ ਯਾਰ ਥੋੜਾ। ਅੱਛਾ ਜੀ, ਓਕੇ ਹੈ, ਓਕੇ ਦਮਾ। ਲੋ ਜੀ, ਕਿਆ ਡਿਟੇਲ ਹੈ ਇਸਕੀ ਭਾਈ ਸਾਹਿਬ? ਯਾ ਫਸਟ ਟਾਈਮ ਅਜੇ ਭਾਈ ਦਾੰਦ ਮੈਂ ਚੈੱਕ ਕੌਣ ਕਰੇ, ਔਰ 9 ਲੀਟਰ ਦੁੱਧ ਥਾ। ਕਿ ਦਿਨ ਕੀ ਵਿਆਜ ਤਲਾ 9 ਲੀਟਰ? 9 ਲੀਟਰ ਇਸਕਾ 5 ਦਿਨ ਕੀ ਵਿਆਜ ਤਲਾ? 5 ਦਿਨ ਕੀ ਵਿਆਜ ਤਲਾ? ਹਾਂ, ਕੱਢੇਗੀ 12 13 ਕਿਲੋ ਹੈ ਸਾਰੀ, 12 12 ਕਿਲੋ ਦੁੱਧ ਦੀ ਆਪਾਂ ਕੇ ਰੱਖੀਏ, 11 12 ਕੀ? 11 12 ਕੀ? ਹਾਂ, ਆਪਾਂ ਨਾ ਨੂੰ ਕਹੀਂ ਨਾ 15 ਦੇਊਗੀ, 16 ਦੇਊਗੀ। ਕਿ ਰੁਪਏ ਦੀ ਹੈ ਭਾਈਆ? ਯਾ ਦੀ ਅਜੇ ਭਾਈ 88,000 ਕੀ। 88,000 ਰੁਪਿਆ ਦੀ ਹੈ ਭਾਈਆ? ਦੇਖੋ ਬੜੀਆ ਅੱਛੀ ਸਾਫ ਸੁਥਰੇ ਦਾਰਾ ਕੀ ਹੈ। ਹਾਂ, 88,000 ਰੁਪਏ ਨੂੰ ਸੇਲ ਕਰਦੀ ਆ। ਕਾਨਪੁਰ ਮੈਂ ਜਾਓਗੀ ਭਾਈ, ਕਾਨਪੁਰ ਤੇ ਵੀ ਅੱਗੇ ਜਾਏਗੀ ਕਿ ਮੈਨੂੰ ਕਿ ਮੈਂ ਫਤਿਹਪੁਰ ਜਾਊਗੀ ਹੈ, ਬਤਾਓ ਤਾਂ ਭਾਈ ਜੀ। ਅਗਲੀ ਲਾਓ ਭਾਈ, ਖਰਚਾ ਖਰਚਾ ਲਗਾ ਕੇ ਥੋੜਾ ਬਹੁਤ, ਇਨਕੇ ਵੀ ਥੋੜੀ ਬਹੁਤ ਉਹ ਪੜ ਜਾਈ ਭਾਈ। ਅੱਗ ਜਾ ਕੇ ਬਾਗ ਲੈਣੇ ਵੇਚਣੀ ਹੋ ਤਾਂ ਔਰ ਉਹ ਖਰਚੇ ਬਾੜੇ ਬਹੁਤ ਹੋ ਜੇ। ਐਸਾ ਪਸ਼ੂ ਖਰੀਦ ਕੇ ਲੈ ਕੇ ਜਾਗਾ ਜੱਪੜਤਾ ਹੋਗਾ। ਹਾਂ, ਪੜਤਾ ਭਾਈ, ਅੰਕਲ ਹੋਰ ਨੇ ਬਾਈ ਚਾਂਸ ਵੀ ਵੇਚਣੀ ਪੜ ਜੇ।
ਆਪਣੇ ਪਸ਼ੂ ਖੁਸ਼ ਤਾਂ ਆਪਾਂ ਖੁਸ਼, ਅਰ ਥਮ ਨੇ ਵੀ ਹੋਣਾ ਖੁਸ਼ ਤਾਂ ਆਪਣੇ ਪਸ਼ੂਆਂ ਨਾਲ ਦਿਆਰੋ ਰਾਈਟ ਟੈਚ, ਅਰ ਯੂ ਮਿਲੇਗਾ ਕਿਤੇ ਹਰ ਮੈਡੀਕਲ ਸਟੋਰ ਪੇ ਮਿਲੇਗਾ, ਅਰ ਐਮਾਜ਼ਨ ਫਲਿਪਕਾਰਟ ਪੇ ਵੀ ਮਿਲ ਜਾਏਗਾ, ਅਰ ਫਿਰ ਵੀ ਰਹੀ ਕਈ ਕਸਰ ਰਹਿ ਜੇ 78900 ਪੂਰਾ 42000 ਫੋਨ ਨੰਬਰ ਹੈ, ਉਸ ਪਰ ਆਪ ਸੰਪਰਕ ਕਰ ਸਕੋ ਹੋ, ਅਰ ਇਹ ਤਰੀਕ ਤੋਂ ਮੈਂ ਵੀ ਬਤਾ ਦੂੰਗਾ, ਸੂਬੇ ਸ਼ਾਮ 10-10 ਐਮਐਲ ਦਿਆਰੋ ਰੋਟੀਆਂ ਮੈਂ ਚੋਪੜ ਕੇ ਜੈ ਹਰਿਆਣਾ ਜੈ ਹਰਿਆਣਵੀ। ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਐਚ। ਇਸਕੀ ਕੀ ਡਿਟੇਲ? ਯਾ ਦੋ ਦਾਂਦ ਹੈ ਜੀ ਭਾਈ, ਮੂੰਹ ਸੇ ਦੋ ਦਾਂਦ। ਹਾਂ ਥੋੜੀ ਵੱਧਦੀ ਹੈ, ਇਸਕਾ ਤਾਜ਼ਾ ਵਿਆਹੀ ਹੈ। ਯਾ ਕਹਿ ਦੇ ਕੀ ਵਿਆਹੀ ਹੈ ਸਾਹਿਬ? ਇਸ ਵਿਆਹੀ ਹੋ ਗਈ ਹੈ 5-6 ਦਿਨ ਕੀ। 5-6 ਦਿਨ ਕੀ ਵਿਆਹੀ? ਦੂਧ ਕਿਤਨਾ ਭਾਈ? ਇਸਮੇ ਦੂਧ ਹੈ ਭਾਈ 9 ਕਿਲੋ ਦੂਧ ਅਜੇ। ਦੋ ਟਾਈਮ ਚੋ ਆਈ ਕਰੀ ਹੈ ਸਾਰੀ ਮੈਸੇਜ ਹੀ ਪਹੁੰਚੋ ਆਈ ਸਾਰਿਆਂ ਹੀ ਇਹ ਗੱਬਣ ਹੈ ਸਾਰੀ ਮੈਸੇਜ ਦੋ ਟਾਈਮ ਚੋ ਆਈ। ਹਾਂ ਦੋ ਟਾਈਮ ਤੋ ਕਹਿ ਰਪਿਆ ਹੀ ਦੇ ਦੀ ਭਾਈ ਆ ਜੋਟੀ ਯਾ ਦੀ ਅਜੇ ਭਾਈ 97000 ਕੀ 97000 ਹਾਂ ਯਾ ਬੈਠੇ ਅੰਕਲ ਹੋਰ ਪੁੱਛ ਲਿਓ ਕੱਤੀ ਸਾਫ ਸੁਥਰੀ ਜੋਟੀ ਹੈ ਭਾਈ ਇਸਮੇ ਕੋਈ ਦੋ ਰਾਏ ਨਹੀਂ ਹੈ ਇੱਕ ਵਜੇ ਤੇ ਅੰਦਰ ਫਿਰ ਘੁਮਾ ਦੇ ਇੱਕ ਬੈ ਤੋ ਥੋੜੀ ਸੀ ਬਾਬਾਦੀ ਹੈ ਭਾਈ ਹਾਂ ਅਰ ਦੁੱਧ ਬਤਾਓ 9 ਕਿਲੋ ਦੁੱਧ ਹੈ ਠੰਡਾ ਹੈ ਭਾਈ ਠੰਡਾ ਬਿਨਾਂ ਜੋੜਿਆਂ ਕੱਢ ਦੇਗੀ 12 ਬੁਰਾ ਕਿਲੋ ਹੈ ਆਰਾਮ ਤੇ ਤੋ 97000 ਰੁਪਏ ਸੇਲ ਕਰ ਦੀ ਸੇਲ ਹਾਂ ਚਾਰ ਨੰਬਰ ਹੋਰ ਲੈ ਭਾਈ ਇੱਕ ਵੇ ਕਾਨਪੁਰ ਵਾਲੀ 5 ਦਿਖਾ ਕੇ ਉਸਕੇ ਬਾਅਦ ਫਿਰ ਜੋ ਸੇਲ ਕਰਨੀ ਹੈ ਲੱਖੇ ਭਾਈ ਨੇ ਵੇ ਹੋਰ ਦੇਖਾਂਗੇ 1 ਰੁਪਿਆ ਦਾ ਮਾਲ ਲੈ ਕੇ ਆ ਰਿਹਾ ਹਾਂ ਸਹਿ ਸਾਰੀ ਲੱਖ ਸਵਾ ਲੱਖ ਕੇ ਲਪੇਟੇ ਮੈਂ ਅਰ ਕਿਸੇ ਸਵਾ ਲੱਖ ਹੈ ਇਹ ਕੀ ਬੈਸ ਹੈ ਦੋਟੀ 29 ਔਰ ਸਾਰੀ ਨੀਚੇ ਹੀ ਹੈ ਔਰ ਸਾਰੀ ਨੀਚੇ ਹੈ ਹਾਂ ਯਾ ਫਸਟ ਟਾਈਮ ਕੀ ਦੋਟੀ ਹੈ ਦੇ ਭਾਈ ਚਾਰ ਨੰਬਰ ਪੈ ਹਾਂ ਅੱਛਾ ਭਾਈ ਦੁੱਧ ਹੈ ਅਜੇ ਭਾਈ ਲੇਵਟੀ ਪੱਕੀ ਹੈ 10 ਕਿਲੋ ਪੱਕਾ ਦੁੱਧ ਵਿਆਹੀ ਹੋ ਰਹੀ ਹੈ 13 ਦਿਨ ਕੀ 13 ਦਿਨ ਕੀ ਹਾਂ ਔਰ ਬਈ ਕਦ ਕਾਠੀ ਕੀ ਵੀ ਅੱਛੀ ਹੈ ਦੋ ਦਾਂਦ ਹੈ ਮੂੰਹ ਤੇ ਇਹ ਕਿਉਂ ਤਰ੍ਹਾਂ ਜਤਿੰਦਰ ਵੀ ਅੱਜ ਕੱਲ੍ਹ ਪੂਰਾ ਹਿੱਟ ਹੋ ਰਿਹਾ ਭਾਈ ਹੈ ਜਤਿੰਦਰ ਕਹਾਣੀ ਤੋਂ ਹਿੱਟ ਹੋ ਰਿਹਾ ਮੈਂ ਵੀ ਜਤਿੰਦਰ ਤੋਂ ਰਿਹਾ ਜਤਿੰਦਰ ਕੀ ਵੀਡੀਓ ਘੇਰੀ ਦੀ ਪਸ਼ੂ ਪਾਲਕ ਮੰਚ ਪਰ ਇੰਸਟਾਗ੍ਰਾਮ ਪਰ ਜਸਬੀਰ ਨੇ ਡੱਕੀ ਕੀ 20 ਲੱਖ ਲੋਕਾਂ ਨੇ ਦੇਖ ਰੱਖੀ ਵੀਡੀਓ ਹੈ ਬਹੁਤ ਫੋਨ ਆਇਆ ਜਿਵੇਂ ਤੇਰੇ ਬਹੁਤ ਘਣੇ ਆਏ ਬਹੁਤ ਛੋਟੇ ਛੋਟੇ ਬਾਲਕ ਫੋਨ ਬਾਲਕ ਸੋਹਣੀ ਹੁੰਦੀ ਰਾਤ ਨੂੰ 12 ਵਜੇ ਵੀ ਕੀ ਕਹਾਂ ਹੈ ਬੋਲੇ ਵੈਸਾ ਮਿਲੇਗੀ ਹਾਂ ਤਾਂ ਭਾਈ ਵੀਡੀਓ ਬਸ ਹੈਗੀ ਦਿਖਾ ਰੱਖੀ ਹੈ ਤਾਂ ਲੋਕ ਵੈਸਾ ਮੰਗੇ ਤਾਂ 20 ਲੱਖ ਲੋਕਾਂ ਨੇ ਦੇਖ ਲਈ ਭਾਈ ਯਾ ਜੇ ਭਾਈ ਆਪਾਂ ਦਿਵਾਈ ਆ ਲੱਖ ਮੈਂ 2000 ਛੂਟ ਅੱਛਾ ਜੀ 98000 ਰੁਪਏ ਕੀ 98000 ਕੀ 98000 ਕੀ ਦਵਾਈ ਹੈ ਭਈਆ ਆਇਟ ਦੇਖ ਲੈ ਸਾਰੀ ਚੀਜ਼ ਕੀ ਦੋ ਟਾਈਮ ਦੁੱਧ ਕਢਵਾ ਕੇ ਐ 5 ਲੀਟਰ ਦੋਨੋਂ ਟਾਈਮ ਨੇਪ ਗਏ ਯਾ 5 ਨੰਬਰ ਪਾ ਗਈ ਤੋ ਪੰਚੂ ਫਸਟ ਟਾਈਮਰ ਹੈਗੇ ਹਾਂ ਪੰਚੂ ਫਸਟ ਟਾਈਮਰ ਹੈ ਦੇਖ ਲੱਖੇ ਭਾਈ ਮੈਂ 2-4 ਦਿਨ ਤਾਂ ਵੀਡੀਓ ਬਣਾਉਣ ਲੱਗ ਰਿਹਾ ਹਾਂ ਕਈ ਵੀਡੀਓ ਮੈਂ ਫੋਕਸ ਕਰਿਆ ਹੈ ਜੋ ਬਾਹਰ ਗੱਡੀ ਕਮਾਲ ਲੈ ਕੇ ਜਾਣਾ ਭਾਈ ਤੋ ਵੇ ਕੋਸ਼ਿਸ਼ ਕਰ ਰਿਹਾ ਪਹਿਲਾ ਜਾਂ ਦੂਸਰਾ ਹਾਂ ਪਹਿਲਾ ਦੂਸਰਾ ਕਿਉਂਕਿ ਉੜੇ ਲੈ ਜਾ ਕੇ 5-7 ਮਿੰਟ ਤੋਂ ਆਪਣੇ ਘਰ ਰੱਖ ਸਕਾ ਹਾਂ ਦੇ ਹਾਂ ਹੈ ਕਿ ਨਹੀਂ ਯਾ ਜੇ ਭਾਈ ਫਸਟ ਟਾਈਮ ਹੀ ਕਟਿਆ ਹੈ ਦੋ ਦਾਂਦ ਮੂੰਹ ਸੇ ਪੂਰੇ ਕੋ ਨਹੀਂ ਹੋਏ ਅੱਛਾ ਜੀ ਹਾਂ ਯਾ ਕਟਿਆ ਆਪਣੇ ਘਰ ਕੀ ਮਾਨੋ ਕਹਿ ਦੇਣ ਕੀ ਭਾਈ ਹੋਇਆ ਵਿਆਹ ਹੋ ਗਿਆ ਵਿਆਹ ਹੋ ਗਿਆ ਹਾਂ ਇਸਕੇ ਰਹਿ ਰਹੇ 12-13 ਦਿਨ ਇਸਕੇ 12-13 ਦਿਨ ਬੇ ਬਾਕੀ ਰਹਿ ਗਏ ਭਾਈ ਤੇ ਇਹ ਬਤੌਰ ਬੜੀਆ ਬਣੇਗੀ ਹਾਂ ਬੜੀਆ ਬਣੇਗੀ ਆਪਣੇ ਘਰ ਕੀ ਮਾਨੋ ਮੈਂ 87000 ਕੀ ਲਿਆ ਥਾ ਯਾ 87000 ਕੀ ਔਰ ਅੰਕਲ ਹੋਰ ਨਾ ਦੇ ਦੀ ਮੈਂ ਬੜੀਆ ਰੇਟ ਮੈਂ ਮਤਮ ਜੋ ਕਰੇ ਦਿਲ ਕਰੇ ਉਹ ਦੇ ਦਿਓ ਜੋ ਦਿਲ ਕਰੇ ਉਹ ਦੇ ਦਿਓ ਫਿਰ ਵੀ ਕਰ ਪਿਆ ਦੇ ਬਈ ਅੰਕਲ ਹੋ ਮੈਨੂੰ 2000 ਰੁਪਏ ਪ੍ਰੋਫਿਟ ਦਿਆ ਫਿਰ ਅੱਛਾ 87 ਔਰ 89 ਹਾਂ ਹੈ ਭਾਈ ਹਾਂ ਚਲੋ ਜੀ ਬਹੁਤ ਬੜੀਆ ਭਾਈ 2000 ਕੇ ਪ੍ਰੋਫਿਟ ਮੈਂ ਕਹਿ ਸਕਿਆ ਤੂੰ ਅਜੇ ਮੈਨੂੰ ਜੋਟੀ ਦੇ ਦਿਆ ਯੇ ਰੇ ਪੁੱਛ ਲਿਓ ਹਾਂ ਜੱਬ ਤੱਕ ਹੋਈ ਹੈ ਦੋਰੇ ਬੈਠੇ ਹਾਂ ਦੋਰੇ ਬੈਠੇ ਭਾਈ ਹਾਂ ਭਰਨੀਆ ਪਾਸ ਮੈਂ ਬੈਠੇ ਹੈ ਇੱਕ ਵਾਰ ਤੋ ਭਾਈ ਕਿਤਨੇ ਪਸ਼ੂ ਖਰੀਦੇ ਆਪਨੇ ਹਮਨੇ 5 ਪਸ਼ੂ ਖਰੀਦੇ ਲੱਕਾ ਭਾਈ ਸਾਹਿਬ ਅੱਛਾ ਜੀ ਜੀ ਇਹ ਜੋ ਰੇਟ ਫਿਲਹਾਲ ਬਤਾ ਰਿਹਾ ਡਿਟੇਲ ਬਤਾ ਰਿਹਾ ਇਤਨਾ ਹੀ ਦੂਧ ਇਤਨੇ ਪੈਸੇ ਮੈਂ ਇਤਨੀ ਦੂਧ ਇਤਨੇ ਪੈਸੇ ਪੇ ਕੈਸਾ ਵਿਵਹਾਰ ਲਗਿਆ ਲੱਖੇ ਕਾ ਮੈਂ ਵਿਵਹਾਰ ਇੱਕ ਨੰਬਰ ਕਾ ਲਗਾ
रहने खाने में कोई समस्या नहीं आई हमको। ओके रिपोर्ट है, ओके रिपोर्ट है। तो वहाँ पे आप क्या काम करते हो, दूध का या सेल परचेज का? हमारे पास दूध का भी काम है और सेल परचेज का भी काम है। चलो जी, बहुत बढ़िया भाई, पहली बार वीडियो देख कर भाई आया और भाई ना अच्छे पशु मिले और जायज रेट में मिले, आपको दिखा दिए हैं, रेट का अंदाजा दे दिया। कोई और भाई भी खरीदना चाहो तो सीधा लखे भाई के पास आना, कॉल करके और सीधे लखे से मुलाकात करियो। कोई और भाई ऐसे अगर हाथ पकड़ के लिया आया तो आपने थोड़ा महंगा पशु मिलेगा। गलत है भाई, सही बात या क्लियर बता दे भाई। चलो जी, सेलाली देख ले भाई। हाँ। बड़ा बड़ा धन्यवाद भाई साहब। धन्यवाद। ठीक है जी, क्या नाम अपना? शुभ नाम कुमार वाजपेयी नाम है मेरा, ग्राम नरैचा, तहसील बिनकी, जिला फतेहपुर। वाह जी वाह, चको चिट्ठी घेर लो भाई ने, ऐसा पता बता दिया। तो भैया पहले नंबर पे आएगी जो सेलाली है। हाँ या अजय भाई, बड़ी नेवली कला सेल करी अपन, मनोज भाई अपने यार दोस्त, वे और भी इसी सेल वाली है उड़े सेल कर दी उड़े कर ना ना, ये तो अपना ये भी सेल करी फोन के ऊपर ही। अच्छा इबे हो गया। हाँ तो यह क्या डिटेल लेंगी? या भाई वे खीस में ही है, मतलब पूरी खाली को नहीं हुई है। अच्छा हाँ, तो नीचे कट्टी आज दूसरा दिन है बे ने। अच्छा भाई हाँ, तो क्या कुछ मोल? या 1,05,000 की दिया, 1,05,000 की सेल कर दिया। हाँ। न्योली जाएगी। हाँ, न्योली कला। हाँ। न्योली कला ले भाई, वे सेल वाली लिया जुनसी बेचनी है वे ले आओ। सत श्री अकाल भाई साहब। राम राम जी। सारे राम राम भाई साहब। और ठीक हो जी? बहुत बढ़िया। तो कहाँ से आए हो भाई साहब? रायकोट लुधियाना। लुधियाना से? हाँ जी। तो भाई साहब फर्स्ट टाइम आए हो, पहले भी कोई पशु खरीदा है? नहीं, बहुत पशु खरीदे। कितना टाइम हो गया लखे से जुड़े हुए आपने? मेरे को 2.5-3 साल हो गए। 2.5-3 साल हो गए जी। हाँ। अच्छा अच्छा जी, जब मैं लगा था जब भाई स्टार्टिंग थी लखे दे नाल, उस टाइम तो ही लगे हैं। पहली माझे तो ली सी। अच्छा पहली इन्हें भी पहली बेची सी? अच्छा इन्हें भी पहली बेची थी, आपने भी इस पर पहली ली थी। यो तालमेल बहुत बढ़िया बनया, और फिर वो तालमेल बढ़िया इसलिए बनया, यो छोरा भी लगातार काम कर लग रहा है और राजा भाई भी लगातार खरीदने आने लग रहे हैं। गलत है जी? ये तो है। तो फिर जिस तरह पशु आप लगातार लेके जाओ, जिस तरह दूध बताओ है छोरा, उस तो ज्यादा ही निकले, ज्यादा ऊपर निकल रहा, ऊपर निकल रहा, कभी कोई ऐसा नहीं होया। अभी थोड़ी देर पहले आप बता रहे थे, आप बैठे थे, कैमरा तो ऑन नहीं था उस टाइम पे, अब जो मैं खुद यहाँ पे आके जांच परख के छाट के ले जाऊं उससे भी बढ़िया, अगर मैं फोन पे उस तो ज्यादा बढ़िया आ जाती है। तो सारी जिम्मेदारी लखे दी, लखे दी। अपना किस तरह का काम है वहाँ पर? मेरा डेयरी का काम भी है। अच्छा जी। कोई ना कोई एक कदम पहले तो बेचिया, पर ज्यादा मेरा डेयरी का काम है। डेयरी का काम? हाँ, मेरे साथ ये मेरे घर तो चाचे ताए दे बेटे है। अच्छा, कोई और मैनू कहंदा वा मैं लखे तो दबा के ले। सारे भाई आए हैं साथ में, तो आज पशु खरीद के लेके जाने। हाँ, इन्होंने कोई लेनी हुंदी है मैं जानी सीधा लखे के पास ले आना, भी उत्थों दे लो बस आंख बंद करके। हाँ, नहीं तो मैं ले जाके बेच दूं, पर मैं डेयरी सेल दा काम ज्यादा नहीं करदा। सही बात है जी। आज के टाइम एक बात बता दूं मैं आपको, अगर आदमी ने ड्रेस खरीदनी हो ना तो शोरूम में जाके या भाई किसी और दुकान पर जाकर आराम से खरीद लिया है, पर भैंस खरीदने का बहुत औखा काम है, बहुत ज्यादा। इसकी जो भरोसे की दुकान है बहुत कम है जी। ये तो है, गलत तो नहीं कह रहा हूँ ये चीज, क्योंकि और भरोसे की जिसकी दुकान है ना उसकी वह लंबी लंबा चल रहा, उसकी बिल्कुल लंबी चल। हरियाणा में असी होर भी जगह तो बहुत जगह तो लिया। हाँ जी, ऐसी गल नहीं, रवाड़ी जिले तो भी लिया, इतो भी लिया, तेरे कैथल से भी लिया। अच्छा अच्छा। हाँ, पर ਜਿਹੜਾ ਲੱਖੇ ਨਾਲ ਸਾਡਾ ਲਗਾ ਜ਼ਿਆਦਾ ਬਣ ਗਿਆ। ਅੱਛਾ ਅੱਛਾ ਜੀ। ਤਾਂ ਮੁੰਡੇ ਦਾ ਵਿਵਹਾਰ ਚੰਗਾ ਹੈਗਾ? ਤਾਂ ਹੀ ਬਣਿਆ ਬਸ, ਸਾਰਿਆਂ ਤੋਂ ਨਾਲੋਂ ਇਹ ਦਾ ਵਿਵਹਾਰ ਚੰਗਾ ਹੈ। ਤਾਂ ਹੀ ਇੱਧਰ ਵਿਹਾਰ ਬਣਿਆ ਨਾ ਜੀ। ਬਹੁਤ ਬੜੀਆ ਜੀ, ਬਹੁਤ ਬੜੀਆ। ਔਰ ਬਾਈ ਲੱਖੇ ਇਸ ਇੱਜ਼ਤ ਨੇ ਨਿਉ ਬਣਾਏ ਰੱਖੀਏ, ਜਬ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਣਾ ਆਪਣੇ ਤਾਂ ਵੱਡੇ ਆਦਮੀ ਨੇ ਇਹਨੂੰ ਥੱਪੀ ਮਾਰ ਦੀ ਤੋ ਆਦਮੀ ਜੀ ਨਈਆ ਪਾਰ ਹੋ ਜਾਏ। ਹਾਂ ਲੈ ਬਾਈ, ਫਸਟ ਟਾਈਮ ਗਿਆ ਜੇ ਬਾਈ? ਅੱਛਾ ਜੀ। ਹਾਂ, ਵਿਕਰੀ ਕੇ ਲਈ ਹੈ? ਵਿਕਰੀ ਕੇ ਲਈ ਹੈ ਬਾਈ। ਆਰੀਆ ਸਵੇਰੇ ਆਈ ਹੈ ਬਾਈ, 8:30-9 ਵਜੇ। 8:30-9 ਵਜੇ ਆਈ ਹੈ, ਥੋੜਾ ਬਾਬਾਦੀ ਆ ਰਹੀ ਹੈ, ਖੀਸ ਮਈ ਹੈ, ਖਾਲੀ ਕਰੀ ਕੋਈ ਪੂਰੀ। ਪਹਿਲਾ ਵਿਆਹ ਹੈ? ਹਾਂ, ਪਹਿਲਾ ਵਿਆਹ ਹੈ।
ਕਿ ਰੁਪਿਆ ਕੀ ਦੇਗਾ ਬਾਈ ਸਨੇ ਯਾਰ 90,000 ਕੀ ਦੇ ਦਿਆਂ ਕਿਤਨਾ ਕਿ ਦੁੱਧ ਕੀ ਉਮੀਦ ਬਾਈ ਸਕੀ ਬਾਈ ਦੇ ਦੇ 11-12 ਕਿਲੋ ਖੁੱਲਾ 11-12 ਕਿਲੋ ਦੁੱਧ ਦੇ ਦੇਗੀ ਬਾਈ ਕਦ ਕਾਠੀ ਕੀ ਠੀਕ ਸਜਮਾ ਕਾਪਕੇ ਨਹੀਂ ਚਾਹੀਏ ਨਿੱਚੇ ਬਾਈ ਮੈਂ ਧਿਆਨ ਕੌਣ ਕਰੀਏ ਤੇ ਚਲੋ ਜੀ ਠੀਕ ਹੈ 90,000 ਰੁਪਿਆ ਮੁੱਲ ਹੈ ਬਾਈ ਕਾ ਔਰ ਮੁੱਲ ਵੇਚਣ ਵਾਲਾ ਹੈ ਬਾਈ ਜਮਾ ਜਾਇਜ਼ ਮੁੱਲ ਕਰਿਆ ਬਾਈ ਨੇ ਬਤਾ ਦੇ ਗਲਤ ਤੋ ਨਾ ਜਿੱਤ ਗਲਤ ਹੋ ਗਾ ਮੈਂ ਪੱਟੋ 500 ਰੁਪਏ ਛੋੜ ਦਿਓ ਗਲਤ ਹੋ ਦੋ ਇਹ ਤਾਂ ਪੁਰਾਣੀ ਆਦਤ ਸੀ ਬਾਈ ਮੇਰੀ ਕੋਈ ਗਲਤ ਰੇਟ ਮੰਗੇ ਗਲਤ ਜਾਣਕਾਰੀ ਦੇ ਗਲਤ ਵਿਆਹ ਤੋਂ ਬਤਾਵੇ ਤੋ ਮੇਰਾ ਓਡਰ ਟੋਕਣ ਦਾ ਫਰਜ਼ ਬਣਿਆ ਹੈ ਜ਼ਿੰਮੇਵਾਰੀ ਹਾਂ ਯਾ ਜੇ ਬਾਈ ਪਹਿਲੇ ਵਿਆਹ ਤੋਂ ਮੈਂ ਮਤ ਬਤਾਈ ਔਰ ਤੀ ਸਾਰੀ ਮੰਨ ਲਊਗਾ ਯਾ ਜੇ ਬਾਈ ਤੀਸਰਾ ਵਿਆਹ ਤੇ ਗਿਆ ਤੇ ਤੂੰ ਚੌਥਾ ਹੀ ਮੰਨ ਲੈ ਕਈ ਵਾਰ ਕਹਿ ਦੇ ਸੀ ਸ਼ੀਸ਼ਾ ਨੇ ਵੀ ਲੱਖਾਂ ਕੋਈ ਪਹਿਲੇ ਤੀਸਰਾ ਵਿਆਹ ਤੇ ਗਿਆ ਤੇ ਚੌਥਾ ਹੀ ਮੰਨ ਲੈ ਦੇ ਅੱਛਾ ਵਿਆਹ ਕੋ ਸਾਇ ਲਾ ਲਿਓ ਬਾਈ ਤੂੰ ਛੋਰੇ ਨੂੰ ਕਹਦੀ ਵਿਆਹ ਕੀ ਕੋਈ ਲੜਾਈ ਨਹੀਂ ਹੈ ਬਾਈ ਜੀ ਯਾ ਹੋ ਗਈ ਅਜੇ ਬਾਈ 7 ਦਿਨ ਕੀ ਬਾਈ 12 ਕਿਲੋ ਦੁੱਧ 7 ਦਿਨ ਕੀ ਬਾਈ ਮੈਂ 12 ਕਿਲੋ 12 ਕਿਲੋ ਦੁੱਧ ਅੱਛਾ ਬਾਈ ਕਹਿ ਕਿਲੋ ਕੱਢ ਦੇਗੀ 14-14 ਬਾਈ ਆਰਾਮ ਤੇ ਆਪਣਾ ਨਾਪ ਲੈ ਜਿਓ ਬਾਈ 16 ਕਿਲੋ 14 ਰਹਿਣ ਦਿਓ 16 ਕਿਲੋ 8 ਕਿਲੋ ਟੇਮ ਦਾ ਨਾਪ ਲੈ ਜਿਓ ਵਾਹ ਜੀ ਵਾਹ ਇੱਕ ਹਫਤਾ ਟੇਮ ਦੇ ਦੇ ਮਾਪਣਾ ਹੈ ਲੀਟਰ ਮੈਂ ਹਾਂ ਅੱਛਾ ਕੀ ਮੁੱਲ ਕਰੇਗਾ ਇਸਕਾ ਯਾ ਦੇ ਦਾਂਗੇ 1,18,000 ਕੀ 1,18,000 ਰੁਪਿਆ ਮੈਂ 16 ਕਿਲੋ ਦੁੱਧ ਕੀ ਬੈਂਸ ਹਾਂ ਬੈਂਸ ਹੈ ਬਾਈ ਜੋਟੀ ਨਹੀਂ ਚੌਥਾ ਵੀ ਗੱਲ ਮੰਨ ਸਕੋ ਆਪੇ ਹਾਂ ਨੂੰ ਕੋਈ 1,000-2,000 ਛੋਟ ਵਾਲਾ ਕਰਦੇ ਆ ਬਾਈ ਤਾਂ ਉਸ ਮਾਨ ਸਮਾਨ ਵੀ ਮਾਨ ਸਮਾਨ ਵੀ ਕਰਦੇ ਚਲੋ ਜੀ ਬਹੁਤ ਵਧੀਆ ਲੈ ਬਈ ਆ ਗਈ 3 ਨੰਬਰ ਪੈ ਸੇਲ ਵਾਲੀ ਬਿਕਰੀ ਵਾਲੀ ਯਾ ਫਸਟ ਟਾਈਮ ਹੀ ਹੈ ਜੇ ਬਾਈ ਅੱਛਾ ਜੀ ਹਾਂ ਖੀਸ ਮਈ ਹੈ ਕਦ ਲਿਆ ਬਈ ਖਰੀਦ ਗਏ ਯਾ ਸਵੇਰੇ ਅੱਜ ਸਵੇਰੇ ਖਰੀਦ ਗਏ ਖੀਸ ਮੈਂ ਤਾਜ਼ਾ ਬੇਰੀ ਹੈ ਜਮਾ ਅੱਛਾ ਜੀ ਫਸਟ ਟਾਈਮਰ ਹੈ ਫਸਟ ਟਾਈਮਰ ਹੈ ਲੈ ਬਈ ਗੁਮਾ ਇੱਕ ਵਾਰ ਫਿਰ ਜਿਤੇਂਦਰ ਬਾਈ ਨੂੰ ਮੰਨ ਲੈ ਕਿ ਕੋ ਬਾਈ ਦਾਉਂ ਪੂਰੀ ਕੇਅਰ ਕਰਿਆ ਥਾ ਜੁੱਤੀ ਕਾਟ ਕੇ ਗਲੇ ਮਗਾਲ ਰੱਖੀ ਤੇ ਟੋਕ ਨਾ ਲੱਗ ਜਾਏ ਵਾਹ ਜੀ ਵਾਹ ਦੇਖ ਬਈ ਪਸ਼ੂ ਪਾਲਣ ਨੂੰ ਇਤਨਾ ਧਿਆਨ ਰੱਖੇ ਜਬ ਆਦਮੀ ਨੂੰ ਸਫਲਤਾ ਮਿਲਿਆ ਹੈ ਇੱਕ ਵੀਡੀਓ ਪਰ ਕਮੈਂਟ ਦੇਖਿਆ ਤਾਂ ਮੈਨੂੰ ਲੱਖੇ ਭਾਈ ਆ ਬਾਤ ਹੋਰ ਅੱਜ ਵੀਡੀਓ ਮੈਂ ਮਨ ਕਰ ਗਿਆ ਮੇਰਾ ਕਰਨ ਗਾ ਬਤਾਓ ਇਹ ਕਹਦਾ ਭਾਈ ਨੂੰ ਕਹੇ ਸਾਰੀ ਵੈਸਾ ਨੇ ਅਦਰ ਸਟੇਟਾਂ ਮੈਂ ਭੇਜ ਦਿਓ ਬਰ ਬਰਕਨ ਹੈ ਬਾਹਰ ਭੇਜ ਦਿਓ ਆਡਾ ਕੁਛ ਨਹੀਂ ਬਚੇਗਾ ਤਾਂ ਇੱਕ ਚੀਜ਼ ਮੈਂ ਆਪਕੋ ਬਤਾ ਦਿੱਤਾ ਹੂੰ ਹਰਿਆਣਾ ਹੈ ਪਸ਼ੂਆਂ ਕੀ ਖਾਨ ਹੈ ਔਰ ਉਸ ਕੰਮ ਮੈਂ ਕੋਈ ਵੀ ਕੰਮ ਹੋਇਆ ਆਦਮੀ ਨੇ ਸਫਲਤਾ ਜਬ ਮਿਲਿਆ ਕਰ ਜਬ ਉਸਕਾ ਨਿਰਯਾਤ ਹੋਣਾ ਸ਼ੁਰੂ ਹੋ ਜਾਏ ਐਕਸਪੋਰਟ ਹੋਣਾ ਸ਼ੁਰੂ ਹੋ ਜਾਏ ਅਗਰ ਭਾਈ ਆਪਕੇ ਪਾਸ ਕਾਫੀ ਮਾਤਰਾ ਮੇਂ ਕੋਈ ਮਾਲ ਹੈ ਤਾਂ ਉਸਕਾ ਬੈਨੀਫਿਟ ਜਬਤ ਹੋਗਾ ਜਬ ਆਪ ਉਸਨੇ ਵੇਚੋਗੇ ਦੋ ਪੀਛੇ ਉਸਕੇ ਮਿਲਾਂਗੇ ਤੋ ਕੁੱਲ ਮਿਲਾ ਕੇ ਭਾਈ ਆ ਚੀਜ਼ ਹੈ ਜੋ ਭਾਈ ਕੰਮ ਕਰੇ ਸੇਲ ਪਰਚੇਜ਼ ਕਾ ਹਾਂ ਇੱਕ ਚੀਜ਼ ਪਰ ਜ਼ੋਰ ਲਗਾਓ ਇਨ ਬਾਤਾਂ ਕਾ ਕਮੈਂਟ ਕਰੋ ਅਗ ਭਾਈ ਸਭ ਨੇ ਰਾਖਣੀ ਕਮ ਕਰਦੀ ਜੋ ਪਹਿਲੇ 5-5 ਭੈਂਸ ਰੱਖਿਆ ਤੇ ਉਹਨੂੰ ਕਹੇ ਵੀ ਭੈਂਸ ਅੱਗ ਲਗਾਤਾਰ ਪਸ਼ੂ ਪਾਲਣ ਮੈਂ ਕੰਮ ਕਰੋ ਪਸ਼ੂਆਂ ਨਾ ਵਢਾਓ ਨਾ ਤਾਂ ਬਾਈ ਉਹ ਲੈਣਾ ਦੇਣਾ ਤਾਂ ਲਗਾਤਾਰ ਚੱਲਦੇ ਜਾ ਅਗਲ ਸਹਿ ਲੱਖੇ ਬਾਈ ਸਹੀ ਬਾਤ ਤਾਂ ਲਗਾਤਾਰ ਕੰਮ ਕਰੋ ਬਾਈ ਪਸ਼ੂ ਪਾਲਣ ਪਰ ਇਹ ਤਾਂ ਅੱਛੀ ਬਾਤ ਹੈ ਕਿਸਾਨ ਕਾ ਜਬ ਫਾਇਦਾ ਹੋ ਬਾਈ ਕਿਸੇ ਕਾ ਝੋਟੀ ਤਿਆਰ ਹੋ ਜਾਏ ਤਾਂ ਉਹ ਬਾਟ ਦੇਖੇ 3 ਸਾਲ ਪਾਸ ਇੱਕ 1.25 ਲੱਖ ਰੁਪਇਆ ਵਿਕ ਜਾਏਗੀ ਤੁਹਾਡਾ ਸਾਰਾ ਲੱਗ ਜਾਏਗਾ ਬਾਈ ਨਿਊ ਵੀ ਗੁਜ਼ਾਰੇ ਚੱਲ ਰਹੇ ਹਨ ਲੋਕਾਂ ਦੀ ਅਗਲ ਹੈ ਸਹੀ ਬਾਤ ਤਾਂ ਇਸ ਕੀ ਬਤਾਓ ਬਾਈ ਕੀ ਡਿਟੇਲ ਹੈ ਯਾ ਬਾਈ ਰਾਜਾ ਬਾਈ ਫਸਟ ਟਾਈਮ ਕੀ ਦੁੱਧ ਦੇ ਦੇਗੀ 11-12 ਕਿਲੋ 11-12 ਕਿਲੋ ਹਾਂ ਅੱਛਾ ਯਾ ਦੇ ਦਿਆਂ ਆਪਾਂ 88,000 ਮੈਂ 1,000 ਰੁਪਏ ਛੂਟ 88,000 ਰੁਪਏ ਮੁੱਲ 1,000 ਰੁਪਏ ਛੂਟ ਵਾਹ ਜੀ ਵਾਹ ਯਾਨੀ ਕਿ ਇਹਨੇ 87,000 ਦੇ ਦੇਗਾ ਬਾਈ ਹਾਂ ਫਸਟ ਟਾਈਮਰ ਜੋ ਠੀਕ ਹੈ 12 ਕਿਲੋ ਦੁੱਧ ਕੀ ਹਾਂ ਪੂਰੀ ਉਮੀਦ ਮਾਰ ਪੂਰੀ ਬੜੀ ਬੜੀ ਚੁਆਈ ਹੈ ਚਲੋ ਜੀ ਨਰਮ ਚੁਆਈ ਕੀ ਹਾਂ ਹਾਂ ਲੈ ਬਾਈ ਅਗਲੀ ਲਿਆ ਅੱਜ ਕਈ ਦਿਨਾਂ ਬਾਅਦ ਜੁਕਰ ਤਕਰੀਬਨ ਪਛਲੀ ਵੀ ਗੱਡੀ ਭਰਨ ਦੀ ਵੀਡੀਓ ਬਣਾਈ ਸੀ ਉਸ ਤੋਂ ਪਹਿਲੇ ਵਾਲੀ ਵੀ ਗੱਡੀ ਭਰਨ ਦੀ ਵੀਡੀਓ ਬਣਾਈ ਸੀ ਪਰ ਵਿੱਚ ਵਿੱਚ ਮੈਂ ਲਗਾਤਾਰ ਦੇਖ ਬਾਈ ਆਪਾਂ ਗੱਡੀ ਵੇਚਣਾ ਵੇਚਣ ਕੀ ਦਿਖਾਏ ਜਾਂਗੇ ਤਾਂ ਕੰਮ ਕੋਈ ਨਹੀਂ ਚੱਲ ਨਾ ਇੱਕ ਦਿਨ ਅਜੇ ਬਾਈ ਆਪਕੋ ਦੁਰ ਫੋਨ ਵੀ ਕਰਿਆ ਥਾ ਮੈਂ ਵਿਕਰੀ ਖਾਤਰ ਬਾਈ ਟਾਈਮ ਕੌਣ ਥਾ ਆਪਣੇ ਦੇ ਇਹ ਬਾਤ ਨਾ ਕੋ ਜ਼ਿਆਦਾ 7-8 ਮੈਸ ਲੱਖੇ ਨੇ ਗੇਲ ਮੇਰੇ ਪਰ ਡਾਲ ਦੀ ਬਾਤ ਹੈ ਬਾਈ ਛੋਰਾ ਸਮਝਦਾਰ ਹੋ ਗਿਆ ਇਸ ਕੀ ਬਤਾਓ ਬਾਈ ਕਿ ਕੁਛ ਡਿਟੇਲ ਹੈ ਯਾ ਅਜੇ ਬਾਈ ਫਸਟ ਟਾਈਮ ਕੀ ਹੈ ਐ ਔਰ 5 ਦਿਨ ਕੀ ਵਿਆਹੀ ਹੈ 10-11 ਕਿਲੋ ਦੁੱਧ ਇਸ ਅੰਦਰ ਬਾਈ 10 ਕਿਲੋ ਮੰਨੋ 11 ਹੈ 10 ਮੰਨੋ ਖੂਬ ਕਦ ਕਾਠੀ ਕੀ ਬੜੀਆ ਬਾਈ 10 ਕਿਲੋ ਮੰਨਣਾ ਹਾਂ 12 ਕਿਲੋ ਕੀ ਉਮੀਦ ਮੰਨ ਲਿਆ ਹਾਂ ਗਣਾ ਨਹੀਂ ਬਾਈ 15 ਨਾ ਨਾ 12 ਕਿਉਂ
14 ਕਿਲੋ ਕੀ 14 ਕੀ ਹਾਂ ਅੱਛਾ ਰਹੇ 5 ਦਿਨ ਕੀ ਵਿਆਹੀ ਹੈ 10 ਤੋਂ ਉੱਪਰ ਹੈ 14 ਕਿਲੋ ਔਰ ਕਿਤਨੀ ਹਾਈਟ ਰਹੀ ਮੇਰੇ ਹੋਰ ਹੈ ਕੋਈ ਨਹੀਂ ਇਤਨੀ ਉੱਚੀ ਹਾਈਟ ਕੀ ਨਾ ਹਾਈਟ ਖੂਬ ਸਭ ਫਸਟ ਟਾਈਮ ਕੀ ਯਾਰ ਲੇਵਟੀ ਵੀ ਬਹੁਤ ਸਾਫ ਸੁਥਰੀ ਹੈ ਹਾਂ ਔਰ ਫਿਰ ਮੁੱਲ ਵੀ ਸਹੀ ਸਾਫ ਸੁਥਰਾ ਹੋਗਾ ਨਿੱਚੇ ਕੱਟੀ ਹੈ ਔਰ ਇਹ ਦੇਣੀ ਆਪੇ ਨਰਾਜ਼ਾ ਅਜੇ ਭਾਈ 1,35,000 2,000 ਛੂਟ 1,35,000 ਦੇਖ ਦੇ ਗ੍ਰਪੀ ਅਲੱਗ ਹੈ ਮੈਂ ਕਦੀ ਉੱਚੀ ਨੀ ਕੀਤਾ ਇਸਨੇ ਕਿਉਂਕਿ ਬਾਈ ਜਾਇਜ਼ ਰੇਟ ਮੰਗ ਰੱਖਿਆ ਬਾਈ ਨੇ 14 ਕਿਲੋ ਦੁੱਧ ਫਸਟ ਟਾਈਮ ਘੱਟ ਦੇਗੀ ਤਾਂ ਬਹੁਤ ਬਹੁਤ ਹੈ 1,33,000 ਰੁਪਇਆ ਦੇ ਦੇਗਾ 35 ਮੁੱਲ ਕਰਿਆ ਹੈ ਮੁੱਲ ਨੇ ਵੀ ਛੋਡੋ ਬਾਈ ਸਿੱਧਾ ਫਿਕਸ ਪ੍ਰਾਈਸ ਹਾਂ 33 ਦਾ 1,33 ਹਾਂ ਅਗਲੀ ਲਿਆਓ ਜੀ ਮਾਲ ਇਸਕੀ ਬਤਾਓ ਕੀ ਡਿਟੇਲ ਹੈ ਇਸਕਾ ਡੇਢ ਮਹੀਨਾ ਪੜਿਆ ਅਜੇ ਭਾਈ ਸੈਕਿੰਡ ਟਾਈਮ ਬੱਚਾ ਦੇਊਗੀ ਅੱਛਾ ਡੇਢ ਮਹੀਨਾ ਹੀ ਬਿਸਕਾ ਹਾਂ ਬਿਆਨ ਕਰ ਯਾ ਇਸਕੀ ਹੈਰ ਕੱਟੀ ਪਛਲੇ ਬੈਂਤ ਹਾਂ ਕਿਤਨੇ ਦਿਨ ਕੀ ਹੋ ਗਈ ਆ ਕੱਟੀ ਕੱਟੀ ਹੋ ਗਈ ਆ ਸਾਲ ਕੀ 1 ਸਾਲ ਕੀ ਹੋ ਗਈ ਭਾਈ ਔਰ ਡੇਢ ਮਹੀਨਾ ਬਿਆਨ ਕਰ ਰਿਹਾ ਇਸਕਾ ਤੋ ਕੇ ਕੁਛ ਮੁੱਲ ਕਰੋਗੇ ਬਾਈ ਮਾਂ ਬੇਟੀਆਂ ਨਾ ਦੋਨੋਂ ਦੇਓਗੇ ਹਾਂ ਇਕੱਠੇ ਦੇ ਦੇਵਾਂਗੇ ਕੇ ਮੁੱਲ ਕਰੋਗੇ 1,00,000 ਰੁਪਏ ਜੋੜਾ ਦੇਵਾਂਗੇ 1,00,000 ਰੁਪਇਆ ਮੈਂ ਹਾਂ ਨੂੰ ਮੰਨ ਲੈ 20,000 ਕੀ ਤੇ ਇਕੱਠੀ ਵੀ ਹੋਈ ਹੈ 15 ਕੀ ਮੰਨ ਲਿਓ 15 ਹੀ ਮੰਨ ਲੈ ਨਾ 20 ਤੋਂ ਮੇਰੇ ਕੰਮ ਕੇ ਦੇਣ ਲਾਰੇ ਮੰਨ ਕੇ ਲਿਆ ਅੱਛਾ ਹਾਂ 20 ਮੈਂ ਸੋਚੂ ਨਿਓ ਕੱਟੀ ਸਮੇਤ ਵਿਕ ਜਾ ਵੱਡੀ ਰਹੂਗੀ ਸਹੀ ਬਾਤ ਸਭ ਕੱਟੀ ਸਮੇਤ ਵਿਕ ਜਾ ਔਰ ਮੇਰੀ ਵਿਕਦੀ ਵੱਡੀ ਵਿਕ ਜੀ ਨਗਦ ਰੁਪਏ ਦੇ ਬਸ ਸਹੀ ਬਾਤ ਹੈ 20,000 ਕੀ ਤੋਂ ਕੰਮ ਦੇ ਤੋ ਹੈ 80,000 ਕੀ ਉਹ ਨਾ ਮੰਨ ਲਿਓ ਹਾਂ ਡੇਢ ਮਹੀਨਾ ਹੀ ਸਭ ਬਿਆਨ ਕਰ ਡੇਢ ਮਹੀਨਾ ਦੇ ਰਿਆ ਪੂਰਾ ਡਾਕਟਰ ਪੇ ਚੈੱਕ ਕਰਾ ਲੇ ਤੇ ਯੂਮਾ ਬੇਟੀ ਦਾ ਜੋੜਾ ਭਾਈ ਉਹ 1,00,000 ਰੁਪਏ ਮੈਂ ਹਾਂ 1,00,000 ਇਹ ਮੈਂ ਮਨ ਸਮਾਨ ਕੋ ਨਹੀਂ ਕਿ ਮੈਂ ਮਾਨ ਸਮਾਨ 2,000 ਰੁਪਏ ਕਰ ਦਿਆਂ ਚਲੋ ਬਾਈ ਇਸ ਮੋਬਾਈਲ ਨੂੰ 2,000 ਦਾ ਮਾਨ ਸਮਾਨ ਕਰਾਂਗੇ ਅਗਲੀ ਲਿਆ ਬਾਈ ਜਿਤੇਂਦਰ ਜਿਤੇਂਦਰ ਯਾਦਵ ਜੀ ਫਿਰ ਜੋੜ ਆ ਗਿਆ ਕਿ ਫਿਰ ਜੋੜ ਆ ਗਿਆ ਇਸਕੀ ਕੀ ਡਿਟੇਲ ਹੈ ਬਾਈ ਇਸਕਾ ਰਹਿ ਰਿਹਾ ਬਿੰਨਾ ਇੱਕ ਮਹੀਨਾ ਰਹਿ ਰਿਹਾ ਬੈਣਗਾ ਇਸਕੇ ਨੀਚੇ ਵੀ ਕਟੜੀ ਨੀਚੇ ਕਟੜੀ ਇਸਕੀ ਆ ਕਟੜੀ ਕੀ ਕਿਤਨੀ ਉਮਰ ਹੋ ਗਈ ਬਾਈ ਇਸਕੀ ਬਰਾਬਰ ਹੀ ਦੇਖ ਲਿਆ ਜੇ ਬਾਈ ਅੱਛਾ ਬਾਈ ਹਾਂ ਅਲਕੀ ਹੀ ਰਹੇਗੀ ਮਗਾ ਅਲਕੀ ਤਰਾਈ ਮਰੇਗੀ ਨਹੀਂ ਅੱਛਾ ਉਹ ਉਸਕੀ ਤਰਾਈ ਵੱਡੀ ਹੋ ਰਹੀ ਹੈ ਕਦਾ ਹੀ ਆਈ ਆਪਣੇ ਫਾਰਮ ਪੇ ਇਹ ਪਰਸੋਂ ਪਰਸੋਂ ਆਈ ਹੈ ਆਪਣੇ ਫਾਰਮ ਪੇ ਬਾਈ ਤੋ ਇਸਕਾ ਇੱਕ ਮਹੀਨਾ ਰਹਿ ਗਿਆ ਕੁਛ ਇੱਕ ਮਹੀਨਾ ਰਹਿ ਗਿਆ ਔਰ ਤੀਸਰਾ ਬਿਆਨ ਤਾਂ ਬੱਚਾ ਦੇਊਗੀ ਦੂਸਰਾ ਬਿਆਨ ਤਾਂ ਮੈਂ 16 ਕਿਲੋ ਦੁੱਧ ਦੇ ਰੱਖਿਆ ਦਣੀ ਕਹੀ ਆਪੇ ਤੋਂ ਦੇ ਰੱਖਿਆ ਕੋਨ ਦੇ ਰੱਖਿਆ ਦੇਖ ਆਪਾਂ ਨੇ ਨਹੀਂ ਵੇਰਾ ਆਪੇ ਨੂੰ ਕੋਨ ਵੇਰਾ ਆਰੀਆ ਜਾਊਗੀ ਪੰਜਾਬ ਮੈਂ ਸੰਗਰੂਰ ਸਾਈਡ ਹੈ ਅੱਛਾ ਕੱਟੀ ਸਮੇਤ ਦੇ ਰੱਖੀ ਮੈਂ 1,25,000 ਕੀ ਅੱਛਾ ਵੇਚ ਦਿਆ ਵੇਚ ਰੱਖੀ 10 ਰੁਪਏ ਸਾਈ ਕਾ ਦੇ ਕੇ ਜਾ ਰਿਹਾ ਜੋਤ ਭਾਈ ਆਪਣੇ ਅੱਛਾ ਜੀ ਹਾਂ ਉਹ ਇੱਕ ਔਰ ਲਈ ਉਰੀ ਬੰਸੀ ਕੀ ਡੈਰੀ ਮੋ ਔਰ ਇੱਕ ਔਰ ਦੇਖਣ ਲੱਗ ਰਿਹਾ ਉਹ ਇੱਕ ਔਰ ਦੇਖਣ ਲੱਗ ਰਿਹਾ 1,25,000 ਦਾ ਜੋੜਾ ਜੋੜਾ ਦਿਆ ਉਸਨੇ ਵਾਹ ਜੀ ਵਾਹ ਬਿਲਕੁਲ ਜਾਇਜ਼ ਰੇਟ ਸਭ ਇੱਕ ਮਹੀਨਾ ਰਹਿ ਬਿਆਨ ਕਰ ਇੱਕ ਮਹੀਨਾ ਇਸਕਾ ਬਿਆਨ ਕਰ ਰਿਹਾ ਹਾਂ ਲੈ ਭਾਈ ਕਿੰਨ ਤੋਂ ਲੱਖਾ ਭਾਈ ਕਟੜਾ ਵੀ ਲੈ ਰਿਹਾ ਹੈ ਹਾਂ ਕਿੰਨ ਅੰਤ ਲੈ ਭਾਈ ਨੇ ਜਾ ਖੁਦ ਤੇ ਲਿਆ ਭਾਈ ਕਿਤਨੀ ਦੂਰ ਸਾਡੇ ਤੇ 2 ਕਿਲੋਮੀਟਰ ਹੈ 2 ਕਿਲੋਮੀਟਰ ਹੈ ਕਿਆ ਡਿਟੇਲ ਹੈ ਇਸਕੀ ਲੱਖੇ ਭਾਈ ਭਾਈ ਡਿਟੇਲ ਹੈ ਇਸਕੀ ਮਾਂ ਤੋਂ ਉਹ ਵੇਚੀ ਸੀ ਗੰਗਾ ਨਗਰ ਸਾਈਡ ਕੇ ਲੈ ਗਏ ਥੇ 2,15,000 ਹੈ 15,000 ਕੀ ਕਿਤਨਾ ਦੁੱਧ ਕੱਢ ਰੱਖੇਗੀ ਮਾਂ ਨੇ 17-18 ਕਿਲੋ ਦੁੱਧ ਹੈ ਭਾਈ 17-18 ਕਿਲੋ ਦੁੱਧ ਇਸਕੀ ਮਾਂ ਨੇ ਕੱਢਿਆ ਔਰ ਭਾਈ ਕੁਣ ਸੇ ਬੁਲ ਕਾ ਹੈ ਯੋ ਭਾਈ ਮੈਂ ਦੇਖ ਪੂਰੀ ਡਿਟੇਲ ਉਸ ਪਰ ਲਿਖੋ ਨਹੀਂ ਭਾਈ ਕੋਨ ਹੈ ਵੇਰਾ ਇਸਕਾ ਹਾਂ ਦੇਖ ਆਪਨ ਪਸੰਦ ਆ ਗਿਆ ਆਪਾਂ ਲਈ ਆਏ ਕਿ ਦਾਂਤ ਸਹੀ ਹੋ 2 ਦਾਂਤ ਤੋੜੇ ਹੈ ਤੋੜ ਦਿਏ 2 ਦਾਂਤ ਤੋ ਕਹਿ ਰੁਪਿਆ ਵੇਚਾ ਬਾਈ ਯੋ ਜੇ ਇਹ ਵੀ ਲਿਓ ਤਾਂ ਪੂਰਾ ਇੱਕ ਪੇਟੀ ਹੈ ਦੂੰ 1,00,000 ਰੁਪਇਆ ਹਾਂ ਔਰ ਫਿਰ ਜੇ ਮੈਂ ਇਸਨੂੰ ਪੂਰਾ ਤਿਆਰ ਕਰਕੇ ਦੂੰ ਤਾਂ ਅਲੱਗ ਰੇਟ ਹੋਗਾ ਮੇਰਾ ਫਿਰ ਅਲੱਗ ਹੋਗਾ ਹਾਂ ਕੋਸ਼ਿਸ਼ ਨੂੰ ਐਰਾ ਬਤਾਊਂ ਅਜੇ ਬਾਈ ਹਾਂ ਬਈ ਮੇਰਾ ਇਹ ਪਸੰਦ ਆ ਗਿਆ ਮੈਂ ਇਸ ਨਾਲ ਮੈਂ ਤਿਆਰ ਕਰ ਲਿਓ ਵੱਡੀਆ ਅੱਛਾ ਹਾਈਟ ਲੈਂਥ ਬਹੁਤ ਲਿਓਗਾ ਕੱਟ ਤਿਆਰ ਕਰੇਗਾ ਹਾਂ ਚਲੋ ਤਿਆਰ ਕਰ ਲਿਆ ਬਈ ਬਾਕੀ ਅੱਛਾ ਕਟੜਾ ਕੋਈ ਦਿੱਕਤ ਨਹੀਂ ਇਹ ਅਗਰ ਆਪ ਇਸ ਨੇ ਮਿਹਨਤ ਕਰੋਗੇ ਇਸ ਪੇ ਤਾਂ ਕੱਲ ਨਾ ਕਿ ਮੇਰਾ ਔਰ ਅੱਛਾ ਤਿਆਰ ਹੋ ਜਾਏ ਅਗਰ ਨਹੀਂ ਸੋਚੀ ਮੈਂ ਚਲੋ ਬਾਈ
अगरी बेचा तो 1 लाख रुपया 1 लाख रुपया कट्टा बेचता है ईव का मोलिश का 1 लाख रुपया है भाई। हाँ। तो भाई 5 तो जो कानपुर सेल कर दिए, 8-7 पशु दिखा दिए जिनमें कट्टा भी है और लगातार भाई से इसे पशु भाई द्वारा हमेशा उपलब्ध रहते हैं इस रेट के। एक सस्ते रेट का जो डेयरी फार्म है भाई, लखे भाई ने लगातार इन रेटा पर काम कराया है और भाई लगातार गाड़ी भी बढ़ता रहा है। कोई भी भाई किसी भी स्टेट का आवे, रहन खान की पूरी सुविधा है, पशु जो दिलवाने का काम है भाई एरिया में घुमा फिरा गया, 2-3 टाइम का दूध दिखा गया, जब दिलवाओ है हाँ, ना जब ही तभी दिलवाओ, 2 टाइम का इन्हें भी दूध दिखा, 2 टाइम का दूध हमने काटा, खूब दिखा जी। चलो जी बहुत बढ़िया। लखे फोन नंबर के अपना 98-124-10-920 यो नंबर है भाई का, इस नंबर पर कॉल कर लियो। माँ काल डेयरी फार्म के नाम से भाई का डेयरी फार्म है और लगभग लगभग 3-4 साल हो गए इसकी वीडियो बनाते, लगातार भाई जुड़ा रहो यार, बढ़िया काम करे है और ऐसे लगातार काम करता रहो भाई, उम्मीद कर रहे हैं। कमेंट में अपनी राय जरूर दियो। राम राम सारे भैया ने, राम राम सर कर दो जी, राम राम सत श्री अकाल जी।